ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਰਲ ਨੌਲੇਜ ਵਿਲਾ ਉੱਪਰ ਬਹੁਤ ਸਵਾਗਤ ਹੈ। ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਮੰਨ ਰਿਹਾ ਅਧਿਨ ਜੋ ਭਰਤੀਆਂ ਆਈਆਂ ਹਨ ਉਹਨਾਂ ਬਾਰੇ ਜਾਣਕਾਰੀ ਦੇਣ ਜਾ ਰਿਹਾ ਹਾਂ। ਮੈਂ ਤੁਹਾਨੂੰ ਇਸ ਸੰਬੰਧੀ ਪੂਰੀ ਜਾਣਕਾਰੀ ਦਵਾਗਾ ਕਿ ਪੋਸਟਾਂ ਕਿੰਨੀਆਂ ਨੇ, ਕੀ ਕੁਆਲਿਫਿਕੇਸ਼ਨ ਹੋਵੇਗੀ, ਕਿਵੇਂ ਅਪਲਾਈ ਕਰਨਾ ਹੈ। ਇਹ ਸਾਰੀ ਜਾਣਕਾਰੀ ਮੈਂ ਤੁਹਾਨੂੰ ਦਵਾਗਾ। ਮੈਂ ਤੁਹਾਨੂੰ ਆਫੀਸ਼ਲ ਨੋਟੀਫਿਕੇਸ਼ਨ ਉੱਪਰ ਲੈ ਚੱਲਣਾ। ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਨਾਲ ਦੀ ਨਾਲ ਬੈਲ ਆਈਕਨ ਦੱਬੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਜੌਬਸ ਦੀ ਅਪਡੇਟ ਬਾਰੇ ਟਾਈਮ ਟੂ ਟਾਈਮ ਪਤਾ ਚੱਲਦਾ ਰਹੇ ਤਾਂ ਦੋਸਤੋ ਮੈਂ ਤੁਹਾਨੂੰ ਇਸ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਉੱਪਰ ਲੈ ਚੱਲਦਾ ਹਾਂ ਦੋਸਤੋ ਇਹ ਜਿਹੜੀਆਂ ਮਨਰੇਗਾ ਦੀਆਂ ਭਰਤੀਆਂ ਨੇ ਇਹ ਜ਼ਿਲ੍ਹਾ ਤਰਨਤਾਰਨ ਵਿਖੇ ਆਈਆਂ ਨੇ ਤੇ ਜੋ ਪੋਸਟਾਂ ਨੇ ਇਸ ਤਰ੍ਹਾਂ ਨੇ ਜੋ ਪਹਿਲੀ ਪੋਸਟ ਹੈ ਏਪੀਓ ਦੀ ਇਸ ਦੀਆਂ ਕੁੱਲ 4 ਪੋਸਟਾਂ ਨੇ ਸੈਲਰੀ ਹੈ ਜੀ 20000 ਪਰ ਮਹੀਨਾ ਕਵਾਲੀਫਿਕੇਸ਼ਨ ਰੱਖੀ ਗਈ ਹੈ ਜੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਇਨ ਰੂਰਲ ਡਿਵੈਲਪਮੈਂਟ ਨਾਲ ਤੁਹਾਡੇ ਕੋਲ ਐਮ ਐਸ ਆਫਿਸ ਐਪਲੀਕੇਸ਼ਨ ਚਲਾਉਣ ਦਾ ਤਜਰਬਾ ਹੋਣਾ ਚਾਹੀਦਾ ਹੈ ਅਤੇ ਨਾਲ ਦੀ ਨਾਲ ਤੁਹਾਡੇ ਕੋਲ 2 ਸਾਲ ਦਾ ਜਿਹੜਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਤੇ ਤੁਹਾਡੇ ਕੋਲ ਇੰਗਲਿਸ਼ ਅਤੇ ਪੰਜਾਬੀ ਟਾਈਪਿੰਗ ਵੀ ਹੋਣੀ ਚਾਹੀਦੀ ਹੈ 30 ਵਰਡ ਪਰ ਮਿੰਟ ਜੋ ਇਸ ਦਾ ਟੈਸਟ ਲਿਆ ਜਾਵੇਗਾ ਤੁਹਾਡੇ ਕੋਲ ਪੰਜਾਬੀ ਅਤੇ ਇੰਗਲਿਸ਼ ਟਾਈਪਿੰਗ ਦਾ ਦੂਸਰੇ ਨੰਬਰ ਤੇ ਜੋ ਪੋਸਟ ਹੈ ਜੀ ਗ੍ਰਾਮ ਰੋਜ਼ਗਾਰ ਸਹਾਇਕ ਇਸ ਦੀਆਂ ਟੋਟਲ ਅਸਾਮੀਆਂ ਨੇ 36 ਅਤੇ ਜੋ ਸੈਲਰੀ ਹੈ ਜੀ 8500 ਰੁਪਏ ਅਤੇ ਮਿਨੀਮਮ ਕੁਆਲੀਫਿਕੇਸ਼ਨ ਹੈ ਜੀ 10+2 ਅਤੇ ਨਾਲ ਦੀ ਨਾਲ ਤੁਹਾਡੇ ਕੋਲ ਬੇਸਿਕ ਕੰਪਿਊਟਰ ਨੋਲਜ ਵੀ ਹੋਣੀ ਚਾਹੀਦੀ ਹੈ ਅਤੇ 1 ਸਾਲ ਦਾ ਜਿਹੜਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਅਤੇ ਤੁਹਾਡੇ ਕੋਲ ਜੋ ਪੰਜਾਬੀ ਹੋਣੀ ਚਾਹੀਦੀ ਹੈ میٹرਿਕ ਲੈਵਲ ਦੀ ਪਾਸ ਜੋ ਪੰਜਾਬੀ ਹੋਣੀ ਚਾਹੀਦੀ ਹੈ ਤੀਸਰੇ ਨੰਬਰ ਤੇ ਹੈ ਜੀ ਕੰਪਿਊਟਰ ਅਸਿਸਟੈਂਟ ਇਸ ਦੀਆਂ ਕੋਲ ਅਸਾਮੀਆਂ ਨੇ 4 ਅਤੇ ਜੋਗ ਸੈਲਰੀ ਹੋਵੇਗੀ 11000 ਪਰ ਮੰਥ ਹੋਵੇਗੀ ਇਸ ਦੇ ਲਈ ਕੁਆਲੀਫਿਕੇਸ਼ਨ ਹੈ BCA BTech MCA ਜਾਂ ਫਿਰ ਇਸ ਦੇ ਬਰਾਬਰ ਅਤੇ ਨਾਲ ਤੁਹਾਡੇ ਕੋਲ MS Office ਐਪਲੀਕੇਸ਼ਨ ਚਲਾਉਣ ਦਾ ਜੋ ਤਜਰਬਾ ਹੋਣਾ ਚਾਹੀਦਾ ਹੈ ਤੇ ਤੁਹਾਡੇ ਕੋਲ ਜੋ 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਤੇ ਨਾਲ ਦੀ ਨਾਲ ਇਹਨਾਂ ਨੇ ਦੱਸਿਆ ਹੈ ਕਿ ਜੋ ਪੰਜਾਬੀ ਪਾਸ ਹੋਣੀ ਚਾਹੀਦੀ ਹੈ میٹرਿਕ ਲੈਵਲ ਤੱਕ ਤੇ ਇਸ ਦਾ ਵੀ ਜੋ ਇੰਗਲਿਸ਼ ਅਤੇ ਪੰਜਾਬੀ ਦਾ ਟੈਸਟ ਹੋਵੇਗਾ ਸਪੀਡ ਹੋਣੀ ਚਾਹੀਦੀ ਹੈ 30 ਵਰਡ ਪਰ ਮਿੰਟ ਨੈਕਸਟ ਗੱਲ ਕਰਦੇ ਆਪਾਂ ਕੁਝ ਜ਼ਰੂਰੀ ਸ਼ਰਤਾਂ ਦੀ ਇਹਨਾਂ ਨੇ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ ਜ਼ਿਲ੍ਹਾ ਤਰਨਤਾਰਨ ਵਿੱਚ ਜ਼ਿਲ੍ਹਾ ਦਫ਼ਤਰ ਜਾਂ ਬਲਾਕ ਪੱਧਰ ਤੇ ਤਾਇਨਾਤ ਕੀਤਾ ਜਾਵੇਗਾ ਠੀਕ ਹੈ ਜੀ ਦੂਸਰੇ ਨੰਬਰ ਤੇ ਹੈ ਉਮੀਦਵਾਰ ਵੱਲੋਂ 10ਵੀਂ ਪੱਧਰ ਤੇ ਪੰਜਾਬੀ ਪਾਸ ਕੀਤੀ ਹੋਵੇ ਠੀਕ ਹੈ ਜੀ ਉਮਰ ਹੱਦ ਰੱਖੀ ਹੈ ਇਹਨਾਂ ਨੇ 18 ਤੋਂ 37 ਸਾਲ ਤੱਕ ਦੀ ਇਨਾਂ ਨੇ ਇੱਕ ਇਥੇ ਪੁਆਇੰਟ ਦੱਸਿਆ ਕਿ ਵਿਦਿਅਕ ਪ੍ਰੋਗਰਾਮ ਅਫਸਰ ਅਤੇ ਜੋ ਕੰਪਿਊਟਰ ਸਹਾਇਕ ਦੀ ਅਸਾਮੀਆਂ ਲਈ ਉਮੀਦਵਾਰ ਦਾ ਟਾਈਪਿੰਗ ਟੈਸਟ ਅੰਗਰੇਜ਼ੀ ਅਤੇ ਪੰਜਾਬੀ ਟੈਸਟ ਰਾਵੀ ਅਤੇ ਅਸੀਸ ਫੌਂਟ ਵਿੱਚ 30 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਨਾਲ ਲਿਆ ਜਾਵੇਗਾ ਰਾਵੀ ਫੌਂਟ ਨੂੰ ਤਰਜੀਹ ਦਿੱਤੀ ਜਾਵੇਗੀ ਨੈਕਸਟ ਹੈ ਜੀ ਤੁਸੀਂ ਇਹਨਾਂ ਲਈ ਅਪਲਾਈ ਕਿਵੇਂ ਕਰਨਾ ਹੈ ਜਿਹੜੇ ਚਾਹਵਨ ਉਮੀਦਵਾਰ ਅਫੀਸ਼ੀਅਲ ਵੈਬਸਾਈਟ www.taran-taran.nic.in ਤੇ ਜਾ ਕੇ ਤੁਸੀਂ ਇਹਨਾਂ ਦਾ ਜੋ ਪਰਫਾਰਮਾ ਹੈ ਉਹ ਡਾਊਨਲੋਡ ਕਰ ਲੈਣਾ ਹੈ ਤੇ ਉਹ ਫਿਲ ਕਰਕੇ ਇਨਾਂ ਨੂੰ ਜੋ 19 10 2020 ਸ਼ਾਮ 4 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਬਿਊਰੋ ਅਤੇ ਕਾਰੋਬਾਰ ਵਿਭਾਗ ਤਰਨਤਾਰਨ ਠੀਕ ਹੈ ਤੇ ਤੁਸੀਂ pgrkm.com ਤੇ ਵੀ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਹੈ ਅਤੇ ਲਾਸਟ ਡੇਟ ਹੈ ਜੀ 19 10 2020 ਤੁਸੀਂ ਆਪਣੀਆਂ ਜਿਹੜੀਆਂ ਤਸਦੀਕ شدہ ਕਾਪੀਆਂ ਸਾਰੀਆਂ ਡਾਕੂਮੈਂਟਸ ਦੀਆਂ ਸਰਟੀਫਿਕੇਟਸ ਦੀਆਂ ਤਜਰਬਾ ਸਰਟੀਫਿਕੇਟ ਜੋ ਜ਼ਿਲ੍ਹਾ ਰੋਜ਼ਗਾਰ ਬਿਊਰੋ ਦਫ਼ਤਰ ਹੈ ਉੱਥੇ ਜਮ੍ਹਾਂ ਕਰਵਾਉਣੀਆਂ ਨੇ ਤਾਂ ਦੋਸਤੋ ਇਹ ਸੀ ਮਨਰੇਗਾ ਅਧੀਨ ਆਈਆਂ ਆਸਾਮੀਆਂ ਬਾਰੇ ਜਾਣਕਾਰੀ